पुलिस वालों धक्केशाही दीआं घटनावां विच दिनों दिन वाधा हो रहा है। जिथे पहला मोहाली विच दो सीनियर पत्रकारां दी कुटमार तो बाद हुण लुधियाणे विच अजिहा मामला सामने आया जो तुहानूं असीं वीडियो दिखाउण जा रहे हैं। यह वीडियो लुधियाणे गिल चौंक दी है जिथे दो पत्रकार अपने घर जा रहे सन तां पुलिस ने उन्हां नूं गिल चौंक विच रोक लिया। पूरे कागज दिखाउण तो बाद डीसी वालों जारी कीते गए कार्ड भी दिखाए गए पर पुलिस उही हिटलर वाला वतीरा वरत रही है। जिथे नौजवान पत्रकारां वालों यह भी कहा कि सिखां बारे भी भद्दी शब्दावली बोली गई है। ਇਹ ਵੀਡੀਓ ਵਿੱਚ ਤੁਸੀਂ ਖੁਦ ਹੀ ਸੁਣ ਲਓ। ਮੁਰਦਾਬਾਦ ਪੰਜਾਬ ਪੁਲਿਸ, ਮੁਰਦਾਬਾਦ, 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 ਪੰਜਾਬ ਪੁਲਿਸ, ਮੁਰਦਾਬਾਦ। ਇਹ ਜਵਾਨ ਆਫਸਰ ਕਹਿੰਦਾ ਸਿੱਖਾਂ ਨੂੰ ਮਾਰਾਂਗੇ, ਮਾਰੋ ਹੁਣ, ਮਾਰੋ, ਅਸੀਂ ਤੁਹਾਡੇ ਸਾਹਮਣੇ ਖੜੇ, ਮਾਰੋ ਅੱਜ। ਹੁਣ ਕਿੱਦਾਂ ਡੰਡੇ ਇਹਦਾ ਕਿਰਾਸੀ ਯਾਦ ਲਵਾਵਾਂਗੇ, ਕਿਰਾਸੀ ਲਾਣੇ ਡੰਡੇ ਵਾਟੇ ਤਾਂ ਜੋ ਜਿਹੜਾ ਪਰਚਾ ਦੇਣਾ ਸੀ ਬੈਠੇ ਆ ਅਸੀਂ। ਮੈਂ ਕਹਿੰਦਾ ਹੁਣ ਸਾਡੇ ਐਲ ਛਾਤੀਆਂ ਤੇ ਗੋਲੀ ਮਾਰ ਦੋ, ਜਿਹੜੀ ਮਾਰਨੀ ਹੈਗੀ ਅਸੀਂ ਅੱਜ ਮਰਨ ਨੂੰ ਤਿਆਰ ਆ। ਕੀ ਗੱਲ ਹੋ ਗਈ ਵੀਰੇ? 188 ਦਾ ਪਰਚਾ ਕਹਿ ਕੇ ਕਹਿੰਦੇ ਅੰਦਰ ਦੇਵਾਂਗੇ ਸਾਨੂੰ। ਨਹੀਂ ਗੱਲ ਮੀਡੀਆ ਤੇ ਸਾਡੇ ਕੋਲ ਮੀਡੀਆ ਦੇ ਬੰਦੇ ਆ, ਘਰ ਨੂੰ ਜਾ ਰਹੇ ਸੀਗੇ, ਸਾਰਾ ਕੁਝ ਠੀਕ ਸੀਗਾ। ਇਹ ਪੰਜਾਬ ਪੁਲਿਸ ਰੋਕਦੀ ਹੈ, ਗਵਰਨਮੈਂਟ ਆਈਡੀ ਸਾਡੀ ਜ਼ਬਤ ਕੀਤੀ ਇਹਨਾਂ ਨੇ, ਪਾਸ ਹੈਗੇ ਆ ਜਿਹੜੇ ਸਾਨੂੰ ਮਾਨਯੋਗ ਡੀਸੀ ਸਾਹਿਬ ਨੇ ਦਿੱਤੇ ਆ। ਇੱਥੇ ਜਵਾਨਾਂ ਦਾ ਸ਼ਾਹ ਅਫਸਰ ਤੱਕ ਦੀ ਪਰਵਾਹ ਨਹੀਂ ਕੀਤੀ। ਕਹਿੰਦੇ ਤੁਸੀਂ ਜਾ ਕਿੱਥੇ ਰਹੇ ਸੀਗੇ? ਸਰ ਜੀ ਘਰ ਨੂੰ ਜਾ ਰਹੇ ਸੀ ਅਸੀਂ, ਆਪਣਾ ਕੰਮ ਖਤਮ ਕਰਕੇ ਘਰ ਨੂੰ ਜਾ ਰਹੇ ਸੀਗੇ। ਇਹਨਾਂ ਨੇ ਰੋਕੇ, ਪਾਸ ਆਉਂਦੇ ਬਾਵਜੂਦ ਚਲਾਨ ਕੱਟੇ ਸਾਡੇ, ਮੀਡੀਆ ਦੇ ਬੰਦਿਆਂ ਨਾਲ ਧੱਕਾ ਕੀਤਾ, ਮੀਡੀਆ ਨੂੰ ਡੀਸੀ ਸਾਹਿਬ ਨੇ ਪਾਸ ਦਿੱਤੇ ਆ। ਅਸੀਂ ਵੀ ਪੁਲਿਸ ਚੌਕੀ ਰਿਪੋਰਟ ਕਰਾ ਕੇ ਆ ਰਹੇ, ਮੇਰਾ ਮੋਟਰਸਾਈਕਲ ਖੋ ਕੇ ਲੈ ਗਏ ਚੋਰ ਆ ਕੇ ਜੀ, ਸੀਏ ਬਣ ਕੇ ਆਏ ਸੀ, ਮੈਂ ਡਿਵੀਜ਼ਨ ਨੰਬਰ 5 ਤੋਂ ਆ ਰਿਹਾ, ਇਹਨਾਂ ਨੂੰ ਪ੍ਰੋਬਲਮ ਦੱਸੀ ਵੀ ਮੇਰਾ ਪੁਲਿਸ ਮੀਡੀਆ ਲੈ ਗਿਆ, ਮੋਬਾਈਲ ਵੀ ਖੋ ਕੇ ਲੈ ਗਏ, ਇਹਨਾਂ ਨੇ ਫਿਰ ਵੀ ਚਲਾਨ ਕੱਟੇ ਆ ਜੀ। ਇਹਨਾਂ ਨੇ ਤੁਹਾਡਾ ਫਿਰ ਵੀ ਧੱਕਾ ਕੀਤਾ, ਸ਼ਰਿਆਮ ਧੱਕਾ ਕਰ ਰਹੀ ਹੈ ਜੀ। ਪੰਜਾਬ ਪੁਲਿਸ ਸਿਵਲ ਹਸਪਤਾਲ ਤੋਂ ਆਇਆ ਸੀਗਾ, ਉਸਦੇ ਨਾਲ ਵੀ ਧੱਕਾ ਕੀਤਾ, ਇੱਥੇ ਪੈਦਲ ਉਹਦੀ ਬੀਬੀ। ਤੁਸੀਂ ਕਿਹੜੀ ਜਗ੍ਹਾ ਤੇ ਖੜੇ ਹੋ, ਕਿੱਥੋਂ ਆ ਰਹੇ ਸੀਗੇ ਤੁਸੀਂ? ਅਸੀਂ ਜੀ ਗਿੱਲ ਚੌਂਕ ਦੇ ਵਿੱਚ ਖੜੇ ਹੋਏ ਆ, ਅਸੀਂ ਜੀ ਡਿਊਟੀ ਖਤਮ ਕਰਕੇ ਘਰ ਨੂੰ ਜਾ ਰਹੇ ਸੀਗੇ। ਇਹ ਪੰਜਾਬ ਪੁਲਿਸ ਨੇ ਸਾਡੇ ਪਾਸਿਸ ਹੋਣ ਦੇ ਬਾਵਜੂਦ ਸਾਡੇ ਚਲਾਨ ਕੱਟਣ ਦੀ ਕੋਸ਼ਿਸ਼ ਕੀਤੀ, ਸਾਡੇ ਨਾਲ ਹੱਥੋਬਾਈ ਕੀਤੀ, ਡੰਡੇ ਦਿਖਾਏ ਸਾਨੂੰ, ਛੁੱਟੀਆਂ ਮਾਰੀਆਂ। ਇਹ ਪੰਜਾਬ ਪੁਲਿਸ ਨੇ ਸ਼ਰਿਆਮ ਧੱਕਾ ਕੀਤਾ ਸਾਡੇ ਨਾਲ। ਤੁਸੀਂ ਇਹਨਾਂ ਨੂੰ ਦੱਸਿਆ ਨਹੀਂ ਕਿ ਅਸੀਂ ਆਪਦਾ ਕੰਮ ਖਤਮ ਕਰਕੇ ਵਾਪਸ ਜਾ ਰਹੇ ਹਾਂ ਜਾਂ ਕਿੱਥੋਂ? ਤੁਸੀਂ ਦੱਸਿਆ ਇਹਨਾਂ ਨੂੰ ਪਾਸ ਵੀ ਦਿਖਾਏ, ਇਹ ਸੁਣਨ ਨੂੰ ਤਿਆਰ ਹੀ ਨਹੀਂ ਸੀਗੇ। ਆਪਣੇ ਅਫਸਰ ਸ਼ਾਹੀ ਦੇ ਰੋਬ ਦੇ ਵਿੱਚ ਕਹਿੰਦੇ ਕਿ ਤੁਹਾਨੂੰ 84 ਯਾਦ ਲਵਾਂਗੇ, ਮਾਰਾਂਗੇ ਸਿੱਖਾਂ ਨੂੰ ਦੁਬਾਰਾ। ਇਹ ਜਵਾਲਾ ਪ੍ਰਸ਼ਾਦ ਅਫਸਰ ਹੈਗਾ, ਇਹਦੀ ਇਨਵੈਸਟੀਗੇਸ਼ਨ ਕੀਤੀ ਜਾਏ, ਕਿਹੜਾ ਬੰਦਾ ਹੈਗਾ ਵਾ ਜਿਹੜਾ ਸਿੱਖਾਂ ਨੂੰ ਮਾਰੇਗਾ ਦੁਬਾਰਾ, 84 ਯਾਦ ਲਵਾਉਣ ਦੀ ਗੱਲਾਂ ਕਰਦਾ ਜੀ। ਗਿੱਲ ਚੌਂਕ ਖੜੇ ਆ ਜੀ ਅਸੀਂ, ਤੇ ਗਿੱਲ ਚੌਂਕ ਦੇ ਵਿੱਚ ਆ ਦੋ, ਮੈਂ ਬੇਨਤੀ ਕਰਾਂਗਾ ਮੈਨੂੰ ਮਾਰ ਦਿਓ, ਮੈਂ ਮਰਨ ਨੂੰ ਤਿਆਰ ਹੈਗਾ ਵਾ। ਗਿੱਲ ਚੌਂਕ ਜੀ ਮਾਰਨਾ ਹੁਣ ਮਾਰ ਦਿਓ, ਗਿੱਲ ਚੌਂਕ ਦੋ ਵੀਰਾਂ ਨੂੰ ਜਿਹੜਾ ਜਿਹੜੀ ਮਰਜ਼ੀ ਸਟੇਟਮੈਂਟ ਦੇ ਦਿਓ ਅਖਬਾਰਾਂ ਵਿੱਚ ਕਿ ਦੋ ਮੁੰਡੇ ਜਾਂਦੇ ਸੀਗੇ, ਤੁਹਾਡੇ ਉੱਪਰ ਕੋਈ ਪਰਚਾ ਨਹੀਂ ਹੋਣਾ। ਜ਼ੋਰ ਜ਼ੋਰ ਗਿੱਲ ਚੌਂਕ ਅਸੀਂ ਖੜੇ ਹਾਂ ਜੀ, ਤੇ ਇੱਥੇ ਦੋ ਵੀਰਾਂ ਨੂੰ ਜਿਹੜਾ ਪੁਲਿਸ ਵੱਲੋਂ ਰੋਕਿਆ ਗਿਆ ਪ੍ਰਸ਼ਾਸਨ ਵੱਲੋਂ, ਤੇ ਇਹਨਾਂ ਦੇ ਆਪਣੇ ਇਹਨਾਂ ਵੀਰਾਂ ਦੇ ਕਹਿਣ ਮੁਤਾਬਕ ਕਿ ਪੁਲਿਸ ਨੇ ਸਾਡੇ ਤੋਂ ਪਾਸ ਮੰਗੇ ਤੇ ਅਸੀਂ ਪਾਸ ਦਿਖਾਇਆ, ਦਿਖਾਉਣ ਤੋਂ ਬਾਅਦ ਫਿਰ ਵੀ ਜਿਹੜਾ ਚਲਾਨ ਕੱਟੇ ਗਏ ਆ, ਇਹਨਾਂ ਦੇ ਕਹਿਣ ਮੁਤਾਬਕ ਕੋਈ ਹੱਥੋਬਾਈ ਹੋਈ ਆ, ਤੇ ਇੱਥੇ ਗੱਲ ਇਸ ਕਰਕੇ ਵਧੀ ਹੋਈ ਆ, ਮਾਹੌਲ ਖਰਾਬ ਹੈ। ਮੀਡੀਆ ਨੂੰ ਚੌਥਾ ਥੰਮ ਜਾਣਿਆ ਜਾਂਦਾ ਹੈ, ਪਰ ਹੁਣ ਚੌਥੇ ਥੰਮ ਉੱਤੇ ਪੁਲਿਸ ਵੱਲੋਂ ਇਹੋ ਜਿਹੇ ਵਤੀਰੇ ਪਿੱਛੇ ਕੀ ਰਾਜ ਨੇ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਹੁਣ ਪੱਤਰਕਾਰ ਭਾਈਚਾਰੇ ਨੂੰ ਵੀ ਏਕੇ ਦਾ ਸਬੂਤ ਦੇਣਾ ਚਾਹੀਦਾ ਹੈ, ਨਹੀਂ ਤਾਂ ਇਸ ਦੇ ਨਤੀਜੇ ਤੁਹਾਡੇ ਸਾਹਮਣੇ ਨੇ। ਲੁਧਿਆਣੇ ਤੋਂ ਰਵੀ ਗਰਗ ਦੀ ਰਿਪੋਰਟ, ਪਹਿਰੇਦਾਰ ਟੀਵੀ। ਜੇਕਰ ਹਾਲੇ ਤੱਕ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਦੇ ਬਟਨ ਤੇ ਦਬਾ ਕੇ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਅਤੇ ਬੈਲ ਦਾ ਆਈਕਨ ਵੀ ਦਬਾ ਦਿਓ ਤਾਂ ਕਿ ਹਰ ਖਬਰ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ।